ਸੋ ਹੈਗਾ ਇਸ ਕੀ ਹਾਲ ਚਾਲ, ਸਭ ਤੋਂ ਪਹਿਲੀ ਸਾਰੇ ਵਧੀਆ ਹੋਵੋਂਗੇ। ਸਿੱਧੂ ਮੂਸੇਵਾਲੇ ਦੇ ਕੁਝ ਗਾਣੇ ਜਿਹੜੇ ਜਾਂ ਤਾਂ ਆਪਾਂ ਕਾਪੀ ਕਹਿ ਸਕਦੇ ਹਾਂ, ਇੰਸਪਾਇਰਡ ਕਹਿ ਸਕਦੇ ਹਾਂ ਪੁਰਾਣੇ ਗਾਣਿਆਂ ਤੋਂ, ਆਜੋ ਚੈੱਕ ਕਰਦੇ ਹਾਂ। ਵਾਲੇ ਦੇ ਅਨੇਕਾਂ ਫੈਨ ਪੂਰੀ ਦੁਨੀਆਂ ਦੇ ਵਿੱਚ ਫੈਲੇ ਹੋਏ ਨੇ ਅਤੇ ਸਿੱਧੂ ਦੇ ਗਾਣਿਆਂ ਤੋਂ ਇੰਸਪਾਇਰ ਹੁੰਦੇ ਨੇ। ਉਵੇਂ ਹੀ ਸਿੱਧੂ ਮੂਸੇਵਾਲਾ ਬਾਈ ਸਿੱਖਦਾ ਰਹਿੰਦਾ ਸੀ ਅਤੇ ਸਿੱਧੂ ਮੂਸੇਵਾਲੇ ਦੇ ਕਾਫੀ ਗਾਣਿਆਂ ਦੇ ਵਿੱਚੋਂ ਪੁਰਾਣੇ ਗਾਣਿਆਂ ਦੀ ਝਲਕ ਜਿਹੜੀ ਉਹ ਦਿਖਦੀ ਹੈ। ਯਾਨੀ ਕਿ ਸਿੱਧੂ ਮੂਸੇਵਾਲਾ ਵੀ ਕਈ ਪੁਰਾਣੇ ਗਾਇਕਾਂ ਤੋਂ ਇੰਸਪਾਇਰ ਹੁੰਦੇ ਸੀ। ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਬਾਈ ਸਿੱਧੂ ਮੂਸੇਵਾਲੇ ਦੇ ਉਹਨਾਂ ਗਾਣਿਆਂ ਦੀ, ਜਿਨ੍ਹਾਂ ਗਾਣਿਆਂ ਦੀ ਕੰਪੋਜੀਸ਼ਨ ਕਿਸੇ ਨਾ ਕਿਸੇ ਪੁਰਾਣੇ ਗਾਣੇ ਦੇ ਨਾਲ ਰਲਦੀ ਮਿਲਦੀ ਸੀ, ਜਾਂ ਕਹਿ ਲਈਏ ਕਿ ਪੁਰਾਣੇ ਗਾਣੇ ਤੋਂ ਇੰਸਪਾਇਰ ਹੋ ਕੇ ਸਿੱਧੂ ਮੂਸੇਵਾਲੇ ਵੱਲੋਂ ਗਾਣੇ ਜਿਹੜੇ ਉਹ ਬਣਾਏ ਗਏ ਸੀ। ਸਿੱਧੂ ਮੂਸੇਵਾਲੇ ਬਾਈ ਦੀ ਨੋ ਨੇਮ ਈਪੀ ਦੇ ਵਿੱਚ ਬਲੱਡ ਲਸਟ ਗਾਣਾ ਰਿਲੀਜ਼ ਕੀਤਾ ਗਿਆ ਸੀ ਅਤੇ ਬਲੱਡ ਲਸਟ ਗਾਣਾ ਇੱਕ ਡਰਾਮੈਟਿਕ ਫੀਲ ਵਾਲਾ ਗਾਣਾ ਸੀ, ਇੱਕ ਸੂਰਮਿਆਂ ਵਾਲਾ ਗਾਣਾ ਸੀਗਾ। ਨਾਲ ਹੀ ਇਸ ਗਾਣੇ ਦੇ ਵਿੱਚ ਬਾਈ ਸਿੱਧੂ ਵੱਲੋਂ ਆਪਣਾ ਫਿਊਚਰ ਵੀ ਪ੍ਰੋਡਿਕਟ ਕੀਤਾ ਗਿਆ ਸੀ। ਇਸ ਗਾਣੇ ਦੀ ਕੰਪੋਜੀਸ਼ਨ ਇੰਸਪਾਇਰ ਹੋਈ ਹੈ ਕੁਲਦੀਪ ਮਾਣਕ ਦੇ ਬਹੁਤ ਹੀ ਮਸ਼ਹੂਰ ਗਾਣੇ ਜੱਗੀ ਜੱਟ ਤੋਂ। ਹਾਂ ਕਹਿ ਸਕਦੇ ਹਾਂ ਕਿ ਲਾਈਕ ਕੰਪੋਜੀਸ਼ਨ ਕੁਡ ਬੀ ਮੈਚਡ ਕਹਿ ਸਕਦੇ ਹਾਂ। ਹਾਂ ਕਾਫੀ ਯਾਰ ਕਾਫੀ ਚੱਲਿਆ ਯਤਨੀ। ਨੈਕਸਟ ਟਰੈਕ ਵੀ ਨੋ ਨੇਮ ਈਪੀ ਦੇ ਵਿੱਚ ਰਿਲੀਜ਼ ਕੀਤਾ ਗਿਆ ਗਾਣਾ ਲਵ ਸਿੱਕ ਆਉਂਦਾ ਹੈ। ਇਸ ਗਾਣੇ ਦੇ ਵਿੱਚ AR ਪੈਸਲੀ ਦੇ ਵੱਲੋਂ ਨੂਰ ਜਹਾਂ ਜੀ ਦਾ ਗਾਣਾ ਸੀ ਫੀਚਰ ਕੀਤਾ ਗਿਆ ਸੀ। ਸਿੱਧੂ ਮੂਸੇਵਾਲੇ ਬਾਈ ਦਾ ਇਹ ਗਾਣਾ ਫੀਮੇਲ ਪਰਸਪੈਕਟਿਵ ਤੋਂ ਬਣਾਇਆ ਗਿਆ ਸੀ। ਇਸ ਗਾਣੇ ਦੀ ਕੰਪੋਜੀਸ਼ਨ ਅਤੇ ਲਿਰਿਕਸ ਜਿਹੜੇ ਉਹ ਇੰਸਪਾਇਰ ਹੋਏ ਸੀ ਮਸ਼ਹੂਰ ਪਾਕਿਸਤਾਨੀ ਗਾਇਕਾ ਨੂਰ ਜਹਾਂ ਦੇ ਗਾਣੇ ਥਾਂ ਮਰ ਜਾਨੀਆਂ ਤੋਂ। ਅਤੇ ਬਾਈ ਸਿੱਧੂ ਮੂਸੇਵਾਲੇ ਦੇ ਵੱਲੋਂ ਕ੍ਰੈਡਿਟ ਵੀ ਦਿੱਤਾ ਗਿਆ ਸੀ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਸ ਦੇ ਬਾਰੇ ਲਿਖਿਆ ਗਿਆ ਸੀ। ਇਹਦਾ ਤਾਂ ਕਈ ਲੋਕਾਂ ਨੇ ਰੀਮਿਕਸ ਬਣਾਏ ਬੜੇ ਪਿਆਰੇ ਪਿਆਰੇ। ਅਮਰ ਜਾਨੀਆਂ ਔਰ ਅਬ ਸਿੱਧੂ। ਇਸ ਲਿਸਟ ਦੇ ਵਿੱਚ ਅਗਲਾ ਗਾਣਾ ਆਉਂਦਾ ਹੈ ਸਿੱਧੂ ਦਾ, ਸਿੱਧੂ ਐਂਥਮ ਗਾਣਾ। ਇਹ ਗਾਣਾ ਬੇਸ਼ੱਕ ਇਸ ਟਾਈਮ ਆਫੀਸ਼ੀਅਲੀ ਅਵੇਲੇਬਲ ਨਹੀਂ ਹੈਗਾ। ਹਾਂ ਯਾਰ ਇਹ ਗਾਣਾ ਕਿਉਂ ਨਹੀਂ ਅਵੇਲੇਬਲ, ਕੋਈ ਦੱਸ ਸਕਦਾ ਕਮੈਂਟ 'ਚ? ਇਸ ਗਾਣੇ ਦੇ ਲਿਰਿਕਸ ਮੈਚ ਕਰਦੇ ਸੀ ਬਲਕਾਰ ਸਿੱਧੂ ਦੇ ਮਸ਼ਹੂਰ ਗਾਣੇ ਮਾਝੇ ਦੀ ਵੱਡਾ ਸਿੱਧੂ ਤੇ ਮੋਮਬੱਤੀਏ ਦੇ ਨਾਲ। ਸਿੱਧੂ ਮੂਸੇਵਾਲੇ ਬਾਈ ਦੇ ਵੱਲੋਂ ਜਦੋਂ ਇਹ ਗਾਣਾ ਰਿਲੀਜ਼ ਕੀਤਾ ਗਿਆ ਸੀ ਬਕਾਇਦਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਸ ਦੇ ਬਾਰੇ ਮੈਂਸ਼ਨ ਕੀਤਾ ਗਿਆ ਸੀ। ਯਾਰਾਂ ਦਾ ਮੁੰਡਾ ਸਿੱਧੂ ਸਰਦਾਰਾਂ ਦਾ। ਅਗਲਾ ਗਾਣਾ ਹੁੰਦਾ ਹੈ ਸਿੱਧੂ ਦੀ ਸਨਿਚਸ ਗੈਟ ਸਟਿਚਸ ਐਲਬਮ ਦੇ ਵਿੱਚ ਰਿਲੀਜ਼ ਹੋਇਆ ਗਾਣਾ ਫਲੋਪ ਸੌਂਗ, ਅਤੇ ਇਹ ਗਾਣਾ ਵੀ ਇਸ ਟਾਈਮ ਓਫੀਸ਼ਲੀ ਅਵੇਲੇਬਲ ਨਹੀਂ ਹੈਗਾ। ਐਲਬਮ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ, ਬਾਅਦ ਦੇ ਵਿੱਚ ਐਲਬਮ ਦੇ ਵਿੱਚੋਂ ਰਿਮੂਵ ਕਰ ਲਿਆ ਗਿਆ ਸੀ। ਇਸ ਗਾਣੇ ਦੇ ਲਿਰਿਕਸ ਮੈਚ ਹੋਏ ਨੇ ਮਸ਼ਹੂਰ ਮੂਵੀ ਸਟੰਟਮੈਨ ਦੇ ਵਿੱਚ ਰਿਲੀਜ਼ ਹੋਏ ਗਾਣੇ ਅੰਮਾ ਦੇਖ ਤੇਰਾ ਮੁੰਡਾ ਵਿਗੜਿਆ ਜਾਏ ਤੋਂ। ਉਹ ਹਾਂ ਕੰਪੋਜੀਸ਼ਨ ਵੀ ਕਿਆ ਬਾਤ ਆ ਯਾਰ, ਕਿੱਧਰੋਂ ਕੱਢ ਕੱਢ ਕੇ ਲਿਆਉਂਦੇ ਪੰਜਾਬ 360 ਵਾਲੇ ਉਹ। ਸਿੱਧੂ ਮੂਸੇਵਾਲਾ ਦੇ ਬਾਈ ਅੰਮ੍ਰਿਤ ਮਾਨ ਹੋਣਾ ਦਾ ਗਾਣਾ ਰਿਲੀਜ਼ ਕੀਤਾ ਗਿਆ ਸੀ ਬੰਬੀਹਾ ਬੋਲੀ ਟਾਈਟਲ ਦੇ ਨਾਲ। ਇਹ ਗਾਣਾ ਜਦੋਂ ਰਿਲੀਜ਼ ਕੀਤਾ ਗਿਆ ਸੀ, ਰਿਲੀਜ਼ ਹੋਣ ਦੇ ਬਾਅਦ ਕਾਫੀ ਜਾਣਿਆਂ ਦੇ ਵੱਲੋਂ ਸਿੱਧੂ ਅਤੇ ਅੰਮ੍ਰਿਤ ਮਾਨ ਨੂੰ ਟ੍ਰੋਲ ਕੀਤਾ ਗਿਆ ਸੀ ਕਿ ਇਹ ਗਾਣਾ ਕਾਪੀ ਕੀਤਾ ਹੋਇਆ ਹੈ। ਅਸਲ ਦੇ ਵਿੱਚ ਗਾਣਾ ਰਿਲੀਜ਼ ਹੋਇਆ ਸੀ ਬੰਬੀਹਾ ਬੋਲੇ ਟਾਈਟਲ ਦੇ ਨਾਲ ਸਵਰਨ ਸਿੰਘ ਅਤੇ ਸ਼ਮਸ਼ੇਰ ਚੀਨੇ ਹੋਣਾਂ ਦਾ, ਅਤੇ ਗਾਣੇ ਨੂੰ ਲਿਖਿਆ ਗਿਆ ਸੀ ਮਸ਼ਹੂਰ ਰਾਈਟਰ ਬਚਨ ਬੇਦਿਲ ਦੇ ਵੱਲੋਂ। ਇਹ ਗਾਣਾ ਦੋਸਤੋ ਇੰਸਪਾਇਰ ਨਹੀਂ ਸੀ ਹੈਗਾ ਬੰਬੀਹਾ ਬੋਲੇ ਗਾਣੇ ਦੇ ਰਾਈਟਰ ਬਚਨ ਬੇਦਿਲ ਦੇ ਵੱਲੋਂ। ਇੱਕ ਵੀਡੀਓ ਸ਼ੇਅਰ ਕਰਕੇ ਕਿਹਾ
ਕਿਹਾ ਗਿਆ ਸੀ ਕਿ ਬੰਬੀਹਾ ਬੋਲੇ ਇੱਕ ਪੁਰਾਣਾ ਲਫ਼ਜ਼ ਹੈ ਪੰਜਾਬੀ। ਹਾਂ ਇਹ ਕੋਈ ਵੀ ਯੂਜ਼ ਕਰ ਸਕਦਾ, ਮਤਲਬ ਬੰਬੀਹਾ ਬੋਲੇ ਵਰਡ ਦੇ ਉੱਤੇ ਕੋਈ ਕਾਪੀਰਾਈਟ ਨਹੀਂ ਹੈਗਾ ਹੈ। ਅਤੇ ਵੀਡੀਓ ਦੇ ਵਿੱਚ ਇਸ ਗਾਣੇ ਬਾਰੇ ਜਾਣਕਾਰੀ ਇਸ ਕਰਕੇ ਹੀ ਦੇ ਰਹੇ ਕਿਉਂਕਿ ਬਾਹਲੇ ਜਾਣ ਨੂੰ ਇਹਦੇ ਬਾਰੇ ਹਾਲੇ ਤੱਕ ਵੀ ਨਹੀਂ ਪਤਾ ਹੈਗਾ। ਇਹਦਾ ਬੋਲੀਆਂ ਹੁੰਦੀਆਂ ਯਾਰ ਬੰਬੀਹਾ ਬੋਲੇ ਦਾ। ਨੈਕਸਟ ਟਰੈਕ ਆਉਂਦਾ ਹੈ ਦੋਸਤੋ ਮੂਸ ਟੇਪ ਦੇ ਵਿੱਚ ਰਿਲੀਜ਼ ਹੋਇਆ ਗਾਣਾ ਰਿਗਰੈਟ। ਰਿਗਰੈਟ ਗਾਣੇ ਦੀ ਕੰਪੋਜੀਸ਼ਨ ਇੰਸਪਾਇਰ ਹੋਈ ਹੋਈ ਹੈ ਅਲੀ ਬ੍ਰਦਰਸ ਦੇ ਮਸ਼ਹੂਰ ਗਾਣੇ ਛੋਟੀ ਉਮਰੇ ਤੋਂ। ਅੱਛਾ ਕੀ ਬਾਤ ਹੈ ਯਾਰ, ਕਿੱਧਰੋਂ ਕੱਢ ਕੱਢ ਕੇ ਲਿਆਂਦੀਆਂ ਯਾਰ। ਅਤੇ ਇਸ ਦੇ ਬਾਰੇ ਸਿੱਧੂ ਮੂਸੇਵਾਲੇ ਬਾਈ ਦੇ ਵੱਲੋਂ ਵੀ ਡਿਸਕ੍ਰਿਪਸ਼ਨ ਦੇ ਵਿੱਚ ਇਸ ਗਾਣੇ ਨੂੰ ਕ੍ਰੈਡਿਟ ਦਿੱਤਾ ਗਿਆ ਸੀ। ਥੋੜ੍ਹਾ ਥੋੜ੍ਹਾ, ਜ਼ਿਆਦਾ ਮੈਚ ਨਹੀਂ ਕਹਿ ਸਕਦੇ, ਬਹੁਤ ਥੋੜ੍ਹਾ ਥੋੜ੍ਹਾ। ਬਾਕੀ ਦੋਸਤੋ ਜੇਕਰ ਤੁਹਾਨੂੰ ਅਜਿਹੇ ਹੋਰ ਗਾਣਿਆਂ ਬਾਰੇ ਜਾਣਕਾਰੀ ਹੈਗੀ ਹੈ ਕਮੈਂਟ ਸੈਕਸ਼ਨ ਤਾਂ ਜ਼ਰੂਰ ਦੱਸਿਓ, ਵੀਡੀਓ ਹੋਰ ਬਣਾਊਗਾ ਪੰਜਾਬ 360 ਬਾਈ। ਠੀਕ ਹੈ, ਅਤੇ ਬਹੁਤ ਸੋਹਣੀ ਲੱਗੀ ਜੀ, ਨਾਈਸ ਚੀਜ਼ ਲੱਗੀ। ਹਾਂ ਇੱਕ ਡਿਫਰੈਂਟ ਜਿਹੀ ਟੋਪਿਕ 'ਤੇ ਵੀਡੀਓ ਸੀਗੀ, ਅਤੇ ਦੋ ਤਿੰਨ ਗਾਣੇ ਯਾਰ ਸਵਾਦ ਆ ਗਿਆ ਦੇਖ ਕੇ, ਮਤਲਬ ਕਿ ਅਲੱਗ ਜਿਹੀ ਚੀਜ਼ ਨਵੀਂ ਪਤਾ ਲੱਗੀ। ਸਤਿ ਸ਼੍ਰੀ ਅਕਾਲ।